ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਕਿਸਾਨ ਮਜ਼ਦੂਰ ਖੁਸ਼ਹਾਲ ਤਾਂ ਹੀ ਨਵਾਂ ਸਾਲ। ਨਵੇਂ ਸਾਲ ਦਾ ਕਿਸੇ ਨੂੰ ਕੋਈ ਚਾਅ ਨਹੀਂ ਹੈਗਾ, ਨਵੇਂ ਸਾਲ ਮਨਾਉਣ ਦਾ ਕੋਈ ਚਾਅ ਨਹੀਂ ਹੈਗਾ, ਕਿਉਂਕਿ ਸਾਡੇ ਦੇਸ਼ ਦਾ ਅੰਦਾਤਾ ਅੱਜ ਮਾਈਨਸ ਟੈਂਪਰੇਚਰ ਦੇ ਵਿੱਚ, ਅੱਤ ਦੀ ਸਰਦੀ ਦੇ ਅੰਦਰ, ਕੜਕਦੀ ਠੰਡ ਦੇ ਅੰਦਰ ਸੜਕਾਂ ਦੇ ਉੱਤੇ ਆਪਣੇ ਪਰਿਵਾਰਾਂ ਸਮੇਤ ਇਹ ਹੋਲੀ ਸਰਕਾਰ ਨੂੰ ਜਗਾਉਣ ਵਾਸਤੇ ਪਿਛਲੇ ਲੰਬੇ ਅਰਸੇ ਤੋਂ ਸੜਕਾਂ ਦੇ ਉੱਤੇ ਡੇਰੇ ਲਾਈ ਹੈ। ਸੋ ਨਵੇਂ ਸਾਲ ਦੀਆਂ ਕੋਈ ਖੁਸ਼ੀਆਂ ਨਹੀਂ। ਗੁਰੂ ਕਿਰਪਾ ਕਰੇ ਅੱਜ ਸਾਰੇ ਸਾਥੀ ਲੋਕ ਇਨਸਾਫ ਪਾਰਟੀ ਦੇ ਕੀਰਤਨ ਦਰਬਾਰ ਸਿੰਘੂ ਬਾਰਡਰ 6 ਵਜੇ ਰੌਰਾ ਸਾਹਿਬ ਸ਼ੁਰੂ ਕਰਕੇ 12 ਵਜੇ ਤੱਕ ਕੀਰਤਨ ਸਰਵਣ ਕਰਾਂਗੇ। ਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਾਂਗੇ ਕਿ ਅੰਦੋਲਨਕਾਰੀ ਸੰਗਤ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੇ ਅਤੇ ਅੰਦੋਲਨ ਦੀ ਸਫਲਤਾ ਦੀ ਅਰਦਾਸ ਬੇਨਤੀ ਕਰਕੇ ਵਾਪਸ ਆਵਾਂਗੇ। ਸੋ ਮੈਂ ਧੰਨਵਾਦ ਕਰਦਾ ਸਰਦਾਰ ਮਨਵਿੰਦਰ ਸਿੰਘ ਗਿਆਸਪੁਰਾ, ਸਤਿਕਾਰਯੋਗ ਸਾਰੇ ਸਾਥੀਆਂ ਦਾ ਜਿਹੜੇ ਪਿਛਲੇ ਕਈ ਦਿਨਾਂ ਤੋਂ ਗੁਰੂ ਦੀ ਕਿਰਪਾ, ਲੰਗਰ ਦੀ ਸੇਵਾ, ਵਿਸ਼ਰਾਮ ਘਰ ਅਤੇ ਮੈਡੀਕਲ ਸਹੂਲਤ, ਦਵਾਈਆਂ ਦੁਰਾਹੇ ਮੈਕਟੀ ਦੇ ਸਾਹਮਣੇ ਜਿੰਨੀ ਸੰਗਤ ਦੁਆਬਾ, ਮਾਝਾ ਜਾਂ ਫਿਰੋਜ਼ਪੁਰ ਲੁਧਿਆਣਾ ਸਾਈਡ ਤੋਂ ਆ ਰਹੀ ਆ, ਉਹ ਇੱਥੇ ਆਰਾਮ ਵੀ ਕਰਦੇ ਆ, ਲੰਗਰ ਪਾਣੀ ਵੀ ਛਕਦੇ ਆ, ਅਤੇ ਕਿਸੇ ਨੂੰ ਕੋਈ ਮੈਡੀਕਲ ਸਹੂਲਤ, ਦਵਾਈ ਬੂਟੀ ਦੀ ਜ਼ਰੂਰਤ ਆ ਉਹ ਵੀ ਪੂਰੀ ਹੁੰਦੀ ਆ। ਅਤੇ ਉਹਦੀ ਕਿਰਪਾ ਆਸ ਅਤੇ ਉਮੀਦ ਹੈਗੀ ਆ ਕਿ ਡੈਮੋਕ੍ਰੇਸੀ ਦੇ ਵਿੱਚ ਮੋਦੀ ਵਾਸਤੇ ਅਤੇ ਮੋਦੀ ਦੀ ਸਰਕਾਰ ਵਾਸਤੇ ਜਿਹੜੀ ਡਾਂਗ ਤੰਤਰ ਬਣੀ ਹੋਈ ਆ ਕਹਾਣੀ, ਉਹ ਜ਼ਰੂਰ ਸਮਾਪਤ ਹੋਊਗੀ। ਸਿਆਣੇ ਕਹਿੰਦੇ ਆ ਕਿ ਲੋਕਤੰਤਰ ਦੇ ਅੰਦਰ ਜਦੋਂ ਸੱਤਾਧਾਰੀ ਹੰਕਾਰੀ ਹੋ ਜਾਵੇ, ਜਿੱਦੀ ਹੋ ਜਾਵੇ, ਤਾਂ ਫਿਰ ਉਹ ਸੱਤਾ ਅੱਤਵਾਦ ਤੋਂ ਮਾੜੀ ਹੋ ਜਾਂਦੀ ਹੈ। ਅੱਜ ਉਹ ਬਜ਼ੁਰਗਾਂ ਦਾ ਕਹਾਵਤ, ਬਜ਼ੁਰਗਾਂ ਦਾ ਕਿਹਾ ਹੋਇਆ, ਇਉਂ ਲੱਗਦਾ ਕਿ ਸਾਡੇ ਦੇਸ਼ ਦੇ ਵਿੱਚ ਸੱਚ ਸਾਬਤ ਹੋ ਰਿਹਾ। ਪਰ ਮਤਦਾਨ ਪੇਟੀ ਦੇ ਗਰਭ ਦੇ ਵਿੱਚੋਂ ਪੈਦਾ ਹੋਇਆ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਲੋਕਾਂ ਤੋਂ ਉੱਤੇ ਨਹੀਂ ਹੋ ਸਕਦਾ, ਲੋਕਾਂ ਦੀ ਸੁਣਨੀ ਪੈਣੀ ਆ। ਇਹ ਅੰਦੋਲਨ ਲਾਜ਼ਮੀ ਤੌਰ 'ਤੇ ਗੁਰੂ ਸਾਹਿਬ ਕਿਰਪਾ ਕਰਨਗੇ, ਸਫਲ ਹੋ ਕੇ ਵਾਪਸ ਆਊਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।